ਸੱਚਾਈ ਦੀ ਜਿੱਤ ਹੋਈ। ਦਿੱਲੀ ਦਾ ਸਭ ਤੋਂ ਭ੍ਰਸ਼ਟ ਅਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾਂ ਰੁਪਇਆ ਬਣਾਇਆ, ਜਿਹੜੇ ਕਹਿੰਦੇ ਸੀਗੇ ਸੰਮਨ ਫਰਜ਼ੀ ਨੇ, ਜਿਹੜੇ ਕਹਿੰਦੇ ਸੀ ਇਲੀਗਲ ਨੇ, ਜਿਹੜੇ ਕਹਿੰਦੇ ਸੀ ਮੇਰੇ ਖਿਲਾਫ਼ ਸਬੂਤ ਨਹੀਂ, ਅੱਜ ਉਹ ਦਿੱਲੀ ਦੀ ਹਾਈਕੋਰਟ 'ਚ ਗਏ। ਹਾਈਕੋਰਟ ਨੇ ਕਿਹਾ ਇਹ ਸੰਮਨ ਫਰਜ਼ੀ ਨਹੀਂ, ਇਹ ਸੰਮਨ ਲੀਗਲ ਨੇ। ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ? ਇਹ ਮਾਣਯੋਗ ਹਾਈਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ। ਜਦੋਂ ਈਡੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ, ਹਾਈਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲਿਆ ਕੇ ਦਿਖਾਓ। ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ, ਹਾਈਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ 'ਤੇ ਰੋਕ ਲਾਉਣ ਤੋਂ। ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਅਤੇ ਜਾਓ ਅਤੇ ਗ੍ਰਿਫਤਾਰ ਕਰੋ। ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ। ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ, ਮੋਦੀ ਜੀ ਵਾਰ ਵਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ, ਅੱਜ ਉਸ ਕਰਪਟ ਬੰਦੇ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ। ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ। ਦਿੱਲੀ ਦਾ ਸਭ ਤੋਂ ਭ੍ਰਸ਼ਟ ਅਤੇ ਕਰਪਟ ਮੁੱਖ ਮੰਤਰੀ, ਜਿਹੜਾ 20-20 ਕਰੋੜ ਰੁਪਏ ਦੇ ਇਹ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ, ਜਿਹਨੇ 100 ਕਰੋੜ ਦਾ ਸ਼ੀਸ਼ ਮਹਿਲ ਬਣਾਇਆ ਸੀ, ਜਿਹੜਾ 20 ਲੱਖ ਰੁਪਏ ਦੇ 1 ਘੰਟੇ ਵਾਲੇ ਕਿਰਾਏ ਦੇ ਜਹਾਜ਼ 'ਤੇ ਸਫ਼ਰ ਕਰਦਾ ਸੀਗਾ, ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਹੈ। ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਇਹ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਆ। ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ। ਸੱਚਾਈ ਦੀ ਜਿੱਤ ਹੋਈ। ਦਿੱਲੀ ਦਾ ਸਭ ਤੋਂ ਭ੍ਰਸ਼ਟ ਅਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾਂ ਰੁਪਇਆ ਬਣਾਇਆ, ਜਿਹੜੇ ਕਹਿੰਦੇ ਸੀਗੇ ਸੰਮਨ ਫਰਜ਼ੀ ਨੇ, ਜਿਹੜੇ ਕਹਿੰਦੇ ਸੀ ਇਲੀਗਲ ਨੇ, ਜਿਹੜੇ ਕਹਿੰਦੇ ਸੀ ਮੇਰੇ ਖਿਲਾਫ਼ ਸਬੂਤ ਨਹੀਂ, ਅੱਜ ਉਹ ਦਿੱਲੀ ਦੀ ਹਾਈਕੋਰਟ 'ਚ ਗਏ। ਹਾਈਕੋਰਟ ਨੇ ਕਿਹਾ ਇਹ ਸੰਮਨ ਫਰਜ਼ੀ ਨਹੀਂ, ਇਹ ਸੰਮਨ ਲੀਗਲ ਨੇ। ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ? ਇਹ ਮਾਣਯੋਗ ਹਾਈਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ। ਜਦੋਂ ਈਡੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ, ਹਾਈਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲਿਆ ਕੇ ਦਿਖਾਓ। ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ, ਹਾਈਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ 'ਤੇ ਰੋਕ ਲਾਉਣ ਤੋਂ। ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਅਤੇ ਜਾਓ ਅਤੇ ਗ੍ਰਿਫਤਾਰ ਕਰੋ। ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ। ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ, ਮੋਦੀ ਜੀ ਵਾਰ ਵਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ, ਅੱਜ ਉਸ ਕਰਪਟ ਬੰਦੇ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ। ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ। ਦਿੱਲੀ ਦਾ ਸਭ ਤੋਂ ਭ੍ਰਸ਼ਟ ਅਤੇ ਕਰਪਟ ਮੁੱਖ ਮੰਤਰੀ, ਜਿਹੜਾ 20-20 ਕਰੋੜ ਰੁਪਏ ਦੇ ਇਹ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ, ਜਿਹਨੇ 100 ਕਰੋੜ ਦਾ ਸ਼ੀਸ਼ ਮਹਿਲ ਬਣਾਇਆ ਸੀ, ਜਿਹੜਾ 20 ਲੱਖ ਰੁਪਏ ਦੇ 1 ਘੰਟੇ ਵਾਲੇ ਕਿਰਾਏ ਦੇ ਜਹਾਜ਼ 'ਤੇ ਸਫ਼ਰ ਕਰਦਾ ਸੀਗਾ, ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਹੈ। ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਇਹ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਆ। ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ। ਸੱਚਾਈ ਦੀ ਜਿੱਤ ਹੋਈ। ਦਿੱਲੀ ਦਾ ਸਭ ਤੋਂ ਭ੍ਰਸ਼ਟ ਅਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾਂ ਰੁਪਇਆ ਬਣਾਇਆ, ਜਿਹੜੇ ਕਹਿੰਦੇ ਸੀਗੇ ਸੰਮਨ ਫਰਜ਼ੀ ਨੇ, ਜਿਹੜੇ ਕਹਿੰਦੇ ਸੀ ਇਲੀਗਲ ਨੇ, ਜਿਹੜੇ ਕਹਿੰਦੇ ਸੀ ਮੇਰੇ ਖਿਲਾਫ਼ ਸਬੂਤ ਨਹੀਂ, ਅੱਜ ਉਹ ਦਿੱਲੀ ਦੀ ਹਾਈਕੋਰਟ 'ਚ ਗਏ। ਹਾਈਕੋਰਟ ਨੇ ਕਿਹਾ ਇਹ ਸੰਮਨ ਫਰਜ਼ੀ ਨਹੀਂ, ਇਹ ਸੰਮਨ ਲੀਗਲ ਨੇ। ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ? ਇਹ ਮਾਣਯੋਗ ਹਾਈਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ। ਜਦੋਂ ਈਡੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ, ਹਾਈਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲਿਆ ਕੇ ਦਿਖਾਓ। ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ, ਹਾਈਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ 'ਤੇ ਰੋਕ ਲਾਉਣ ਤੋਂ। ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਅਤੇ ਜਾਓ ਅਤੇ ਗ੍ਰਿਫਤਾਰ ਕਰੋ। ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ। ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ, ਮੋਦੀ ਜੀ ਵਾਰ ਵਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ, ਅੱਜ ਉਸ ਕਰਪਟ ਬੰਦੇ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ। ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ। ਦਿੱਲੀ ਦਾ ਸਭ ਤੋਂ ਭ੍ਰਸ਼ਟ ਅਤੇ ਕਰਪਟ ਮੁੱਖ ਮੰਤਰੀ, ਜਿਹੜਾ 20-20 ਕਰੋੜ ਰੁਪਏ ਦੇ
ਇਹ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ, ਜਿਹਨੇ 100 ਕਰੋੜ ਦਾ ਸ਼ੀਸ਼ ਮਹਿਲ ਬਣਾਇਆ ਸੀ, ਜਿਹੜਾ 20 ਲੱਖ ਰੁਪਏ ਦੇ 1 ਘੰਟੇ ਵਾਲੇ ਕਿਰਾਏ ਦੇ ਜਹਾਜ਼ 'ਤੇ ਸਫ਼ਰ ਕਰਦਾ ਸੀਗਾ। ਅੱਜ ਉਸ ਭ੍ਰਿਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਹੈ ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਇਹ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਆ। ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ।